प्रेज द लॉर्ड, वेलकम टू संडे स्कूल होसाना मसीह कलीसिया। आज है 3rd of July 2024। हम आए हैं विलेज यादपुर विजिट के लिए। विजिट अभी कर ली है तो बाहर बारिश स्टार्ट हो चुकी है और अभी हम जा रहे हैं वापस। यादपुर में विजिट करके अभी हम पहुंच गए हैं वापस और अभी हम धोएंगे कपड़े। ਔਰ ਅਭੀ ਹਮ ਜਾਏਂਗੇ ਪ੍ਰੇਅਰ ਮੀਟਿੰਗ ਕੇ ਲੀਏ। ਦੱਸਿਆ ਗਿਆ ਉਹਦੀ ਰਫਤਾਰ ਅਤੇ ਉਹਦੀ ਜਿਹੜੀ ਸਪੀਡ ਵਾ, ਬਵੰਡਰ ਜਾਂ ਜਦੋਂ ਸਾਈਕਲੋਨ ਆਉਂਦੇ ਆ, ਹਾਂਜੀ ਉਹਨਾਂ ਦੇ ਬਾਰੇ ਜੋ ਤੁਸੀਂ ਸਿੱਖੋਗੇ ਨਾ ਤਾਂ ਤੁਹਾਨੂੰ ਪਤਾ ਲੱਗੇਗਾ। ਜਦੋਂ ਸਾਈਕਲੋਨ ਚੱਲਦਾ ਵਾ, ਪਾਣੀ ਉਹਨੂੰ ਚਾਹੀਦਾ ਹੁੰਦਾ, ਪਾਣੀ ਵਾਲੀ ਸਤ੍ਹਾ ਤੋਂ ਚੱਲਦਾ ਵਾ ਅਤੇ ਜ਼ਮੀਨ ਵਾਲੀ ਸਤ੍ਹਾ ਵੱਲ ਆਉਂਦਾ ਜਾਂ ਉੱਥੇ, ਹਾਂਜੀ ਇੱਥੇ ਅਸੀਂ ਸਮਝਣਾ ਵਾ ਕਿ ਜਿਸ ਤਰ੍ਹਾਂ ਉਹਦੀ ਸਪੀਡ ਵੱਧਦੀ ਜਾਂਦੀ ਆ, ਉਨਾ ਜ਼ਿਆਦਾ ਖਤਰਨਾਕ ਉਹ ਹਵਾਵਾਂ ਜਿਹੜੀਆਂ ਵਾ ਹੋ ਜਾਂਦੀਆਂ ਨੇ। ਇਸ ਕਰਕੇ ਭੂਗੋਲ ਨੂੰ ਸਮਝਣਾ, ਇਤਿਹਾਸ ਨੂੰ ਸਮਝਣਾ, ਇਹ ਸਾਰੇ ਜਿਹੜੇ ਡਿਸਿਪਲਿਨਸ ਨੇ ਜਾਂ ਸਾਰੇ ਜਿਹੜੇ ਸਬਜੈਕਟ ਜਾਂ ਸਾਰੇ ਵਿਸ਼ੇ ਨੇ, ਜਿੰਨਾ ਜ਼ਿਆਦਾ ਇਹਨੂੰ ਪੜ੍ਹਾਂਗੇ ਉਨਾ ਜ਼ਿਆਦਾ ਆਸਾਨੀ ਨਾਲ ਬਾਈਬਲ ਨੂੰ ਸਮਝ ਸਕਦੇ ਹਾਂ, ਕਿਉਂਕਿ ਬਾਈਬਲ ਨੂੰ ਸਮਝਣਾ ਸੌਖਾ ਨਹੀਂ ਆ। ਇਹਦੇ ਵਿੱਚ ਕਹਿਣ ਦਾ ਮਤਲਬ ਇੱਦਾਂ ਦੀਆਂ ਗੱਲਾਂ ਵਾ ਜਿਹੜੀਆਂ ਆਮ ਇੱਕੋ ਵਾਰੀ ਪੜ੍ਹ ਕੇ ਤਾਂ ਸਮਝ ਨਹੀਂ ਆਉਣੀਆਂ। ਇਸ ਕਰਕੇ ਜਿੰਨਾ ਜ਼ਿਆਦਾ ਦੂਸਰਾ ਗਿਆਨ ਹਾਸਿਲ ਕਰਾਂਗੇ ਨਾ, ਉਨਾ ਜ਼ਿਆਦਾ ਆਸਾਨੀ ਨਾਲ ਇਹਨੂੰ ਅਸੀਂ ਸਮਝ ਸਕਦੇ ਹਾਂ। ਅਤੇ ਇੱਥੇ ਲਿਖਿਆ, ਤਬ ਯਹੋਵਾ ਨੇ ਬਹੁਤ ਪ੍ਰਚੰਡ ਪੱਛਮੀ ਹਵਾ ਬਹਾ ਕੇ ਟਿੱਡੀਆਂ ਕੋ ਉਡਾ ਕਰ ਲਾਲ ਸਮੁੰਦਰ ਨੇ ਡਾਲ ਦਿਆ। ਕਿੱਥੇ ਸੁੱਟਤਾ? ਲਾਲ ਸਮੁੰਦਰ 'ਚ। ਹੁਣ ਇੱਥੇ ਨਾ ਇੱਕ ਚੀਜ਼ ਬਹੁਤ ਧਿਆਨ ਨਾਲ ਦੇਖੋ, ਲਾਲ ਸਮੁੰਦਰ 'ਚ ਪਾ ਤਾ ਪੱਛਮੀ ਹਵਾ ਵਗਾਈ, ਹੈ ਨਾ। ਹੁਣ ਜਿੱਦੋਂ ਹਵਾ ਚੱਲ ਰਹੀ ਆ ਅਤੇ ਇਹ ਪੜ੍ਹਨ ਦੇ ਨਾਲ ਵੀ ਕਲੀਅਰ ਹੋ ਜਾਏਗਾ ਕਿ ਲਾਲ ਸਮੁੰਦਰ ਕਿਹੜੀ ਦਿਸ਼ਾ 'ਚ ਹੋਵੇਗਾ, ਲੇਕਿਨ ਨਕਸ਼ੇ 'ਤੇ ਜੇ ਦੇਖਿਆ ਹੋਏਗਾ ਨਾ ਤਾਂ ਵਚਨ ਹੋਰ ਤਰੀਕੇ ਨਾਲ ਬੜੇ ਅੱਛੇ ਤਰੀਕੇ ਨਾਲ ਸਮਝ ਆ ਜਾਏਗਾ। ਔਰ ਮਿਸਰ ਕੇ ਕਿਸੀ ਸਥਾਨ ਮੇਂ ਇੱਕ ਵੀ ਟਿੱਡੀ ਨਾ ਰਹਿ ਗਈ, 20 ਆਇਤ, ਤੋ ਵੀ ਯਹੋਵਾ ਨੇ ਫਿਰਾਉਨ ਕੇ ਮਨ ਕੋ ਕਠੋਰ ਕਰ ਦਿਆ, ਜਿਸਸੇ ਉਸਨੇ ਇਸਰਾਇਲੀਓ ਕੋ ਜਾਣੇ ਨਾ ਦਿਆ। ਉਸ ਤੋਂ ਬਾਅਦ 21 ਆਇਤ ਤੋਂ ਪੜ੍ਹਾਂਗੇ, ਜਿਹੜੀ ਹੁਣ 9ਵੀਂ ਬਵਾ ਦਾ ਜ਼ਿਕਰ ਆ, ਹਨੇਰੇ ਦੀ ਬਵਾ, ਅੰਧਕਾਰ ਕੀ ਬਵਾ। ਫਿਰ ਯਹੋਵਾ ਨੇ ਮੂਸਾ ਸੇ ਕਿਹਾ, ਆਪਣਾ ਹੱਥ ਆਕਾਸ਼ ਕੀ ਔਰ ਬੜਾ ਕਿ ਮਿਸਰ ਦੇਸ਼ ਕੇ ਉੱਪਰ ਅੰਧਕਾਰ ਛਾ ਜਾਏ, ਐਸਾ ਅੰਧਕਾਰ ਕਿ ਟਟੋਲਾ ਜਾ ਸਕੇ, ਕੀ ਕੀਤਾ ਜਾ ਸਕੇ, ਟਟੋਲਾ ਯਾਨੀ ਕਿ ਉਹਨੂੰ ਛੂਹਿਆ ਜਾ ਸਕੇ,